ਅਰਜੀ ਇੰਜੈਕਸ਼ਨ ਤੁਸੀਂ ਐਕਸਪੀਰੀਅੰਸ ਕੀਤਾ ਮੈਂ ਆਪ ਦੇਖੀ ਕਮਿਸ਼ਨ ਲੁਧਿਆਣਾ ਅੱਜ ਤੁਹਾਡੇ ਕੋਲ ਆਇਆ ਤੁਹਾਡੇ ਰਾਹੀਂ ਸਾਰੇ ਆਪਦੇ ਲੋਕਾਂ ਨੂੰ ਵੀ ਦੱਸਣ ਦੀ ਗੱਲ ਹੈ ਕਿ ਵੀ ਜੇ ਇੰਨੀ ਖੋਜ ਕਰਕੇ ਸਰਕਾਰ ਨੇ ਔਰ ਸਾਇੰਟਿਸਟਾਂ ਨੇ ਕੋਈ ਚੀਜ਼ ਬਣਾਈ ਹੈ ਅੱਜ ਤੱਕ ਕੋਈ ਦਵਾਈ ਪਹਿਲਾਂ ਗਲਤ ਲਾਈ ਹੈ ਕੰਪਨੀ ਨੇ ਇਹ ਲੋਕਾਂ ਨੂੰ ਬਚਾਉਣ ਲਈ ਹੈ ਆਪਾਂ ਇਹ ਚਾਹੁੰਦੇ ਹਾਂ ਕਿ ਵੀ ਫੈਕਟਰੀਆਂ ਚੱਲਦੀਆਂ ਰਹਿਣ ਆਪਾਂ ਇਹ ਚਾਹੁੰਦੇ ਹਾਂ ਕਿ ਵੀ ਕਰਫਿਊ ਵੀ ਨਾ ਲੱਗੇ ਵੀਕੈਂਡ 'ਤੇ ਆਪਾਂ ਇਹ ਚਾਹੁੰਦੇ ਹਾਂ ਕਿ ਰੁਜ਼ਗਾਰ ਖਤਮ ਨਾ ਹੋਵੇ ਪਰ ਲੋਕ ਇੰਜੈਕਸ਼ਨ ਵੀ ਲਵਾਉਣ ਆਪਦੇ ਘਰਾਂ 'ਚ ਗਲੀ ਮੁਹੱਲਿਆਂ 'ਚ ਸਾਰੇ ਲੋਕਾਂ ਨੂੰ ਦੱਸੋ ਕਿਉਂਕਿ ਤੁਸੀਂ ਦਵਾ ਰਹੇ ਹੋ ਕਿਸੇ ਨੂੰ ਕੁਛ ਨਹੀਂ ਹੋਣਾ ਮੈਨੂੰ ਵੀ ਨਹੀਂ ਹੋਇਆ ਬਾਬਾ ਸਾਹਿਬ ਇਹਨਾਂ ਨੇ ਦਵਾਇਆ ਇਹਨਾਂ ਨੂੰ ਕੁਛ ਨਹੀਂ ਹੋਇਆ ਸਿਵਲ ਸਰਜਨ ਸਾਹਿਬ ਖੜੇ ਹੈ ਉਹਨਾਂ ਨੇ ਲਵਾਇਆ ਸੋ ਅਗਰ ਆਪਾਂ ਇਹ ਚਾਹੁੰਦੇ ਹਾਂ ਕਿ ਸੈਟਰਡੇ ਸੰਡੇ ਕਰਫਿਊ ਨਾ ਲੱਗੇ ਕੰਮ ਚੱਲਦਾ ਰਹੇ ਦੁਬਾਰਾ ਤੋਂ ਸਾਰਾ ਕੁਛ ਨੋਰਮਲ ਨਹੀਂ ਤੇ ਆ ਜੀ ਆਪਾਂ ਸਾਰੇ ਇੰਜੈਕਸ਼ਨ ਦਵਾਈਏ ਆਪਣੇ ਮੁਹੱਲਿਆਂ 'ਚ ਆਪਣੇ ਪਰਿਵਾਰਾਂ 'ਚ ਸਾਰਿਆਂ ਨੂੰ ਦੱਸੋ ਅੱਜ ਮੈਂ ਵਪਾਰ ਮੰਡਲ ਨੂੰ ਵੀ ਇਹ ਬੇਨਤੀ ਕਰਦਾ ਵੀ ਜਿਹੜੇ ਦੁਕਾਨਾਂ ਚਲਾਉਂਦੇ ਨੇ ਕਿ ਅਗਰ ਉਹ ਚਾਹੁੰਦੇ ਨੇ ਨਹੀਂ ਤਾਂ ਜੇ ਇੱਦਾਂ ਹੀ ਕੇਸ ਵੱਧਦੇ ਰਹੇ ਹੋ ਸਕਦਾ ਕਿ ਮਸ਼ੀਨੀ ਅਨੁਸਾਰ ਬੰਦ ਹੀ ਕਰਦਾ ਤੋ ਸਾਰਿਆਂ ਤੱਕ ਇਹ ਗੱਲ ਪਹੁੰਚਾਓ ਵੀ ਜੇ ਆਪਾਂ ਬਾਜ਼ਾਰ ਇੱਦਾਂ ਹੀ ਖੁੱਲ੍ਹੇ ਰੱਖਣੇ ਆ ਤਾਂ ਸਾਰੇ ਵਪਾਰੀ ਸਾਰੇ ਦੁਕਾਨਦਾਰ ਸਾਰੇ ਵਰਕਰ ਆਪਾਂ ਸਾਰੇ ਇੰਜੈਕਸ਼ਨ ਲਵਾਈਏ ਜਿਹੜੇ ਜਿਹੜੇ ਉਸ ਕ੍ਰਾਈਟੀਰੀਆ 'ਚ ਆਉਂਦੇ ਆ ਗੌਰਮੈਂਟ ਵੱਲੋਂ ਬਿਲਕੁਲ ਫ੍ਰੀ ਇੰਜੈਕਸ਼ਨ ਹੈ ਤਾਂ ਕੋਈ ਨੁਕਸਾਨ ਨਹੀਂ मैं वन साइकिल का एम्प्लॉई सोन सिंह नेगी। मैंने आज कोरोना की वैक्सीन लगाई है जो कि बहुत सुरक्षित है और सेफ है। आप सभी जनता से अपील है कि सारे कोरोना की वैक्सीन लगाए, उससे कोई ना तो दर्द है ना कुछ हो रहा है, पता ही नहीं लग रहा है कि क्या चीज़। मेरा नाम रामस्वरूप शर्मा है, मैं इवन साइकिल में काम करता हूँ। आज मैंने वैक्सीन लगवाई है, मुझे कोई प्रॉब्लम नहीं है और टीका लगाते उसमें को पता भी नहीं चलता कि कैसे टीका लगा, मैं बिल्कुल ठीक हूँ। मेरी आप सबसे भी अपील है कि आप सब लोग जो है वैक्सीन लगवाएं। मेरा नाम चेतन सिंह है, मैं एवन साइकिल में काम करता हूं। मैंने आज वैक्सीन लगवाई है, इसका कोई साइड इफेक्ट नहीं है। मेरी आम जनता से अपील है कि सारे वैक्सीन लगवाएं और इसका टीकाकरण जब हो रहा है तो इसका पता भी नहीं लग रहा है कब टीका लग जाता है, कोई पेन नहीं होती, कोई दर्द नहीं होती। वैक्सीन सारे लिए कंपलसरी है और सारे बंदे जो है ना मैक्सिमम बंदे यूज कर रहे हैं, गवर्नमेंट की अप्रोच जी है ना बहुत अच्छी है। मेरा नाम राम सोच है, मैं एवन साइकिल में काम करता हूँ। मैंने आज कोरोना की वैक्सीन लगाई है और जिसका कोई साइड इफेक्ट नहीं, कोई परेशानी नहीं है और मेरी पूरी सभी जनता से अपील है कि वो जो है कोरोना की वैक्सीन जो अवश्य लगवाएं।